ਪਰਮ ਸਤਿਕਾਰਯੋਗ ਸਾਧ ਸੰਗਤ ਜੀ, ਜਿਸ ਪਾਤਸ਼ਾਹ ਦਾ ਤੁਸੀਂ ਅੱਜ ਪ੍ਰਕਾਸ਼ ਪੁਰਬ ਮਨਾ ਰਹੇ ਹੋ, ਜਿਨ੍ਹਾਂ ਸੱਚੇ ਪਾਤਸ਼ਾਹ ਦੀ ਕਿਰਪਾ ਦੇ ਨਾਲ ਅੱਜ ਉਹ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਦੀ ਦਿੱਤੀ ਹੋਈ ਸਿੱਖੀ ਦੁਬਾਰਾ ਜਿਉਂਦੀ ਹੈ, ਉਹ ਗਊ ਗਰੀਬ ਦੇ ਰਾਖੇ ਸਤਿਗੁਰੂ ਸੱਚੇ ਪਾਤਸ਼ਾਹ ਦੇ ਚਰਨਾਂ ਵਿੱਚ ਸੀਸ ਨਿਵਾਉਂਦੇ ਹੋਏ ਇੱਕ ਵਾਰੀ ਬੜੇ ਫਿਰ ਪਿਆਰ ਨਾਲ ਫਿਰ ਆਖੀਏ, ਧੰਨ ਸਤਿਗੁਰੂ ਰਾਮ ਸਿੰਘ ਸੱਚੇ ਪਾਤਸ਼ਾਹ। ਇੱਕ ਵਾਰੀ ਉਸ ਸੱਚੇ ਪਾਤਸ਼ਾਹ ਨੂੰ ਯਾਦ ਕਰੀਏ ਜਿਨ੍ਹਾਂ ਦੇ ਦਰਸ਼ਨ ਆਪਾਂ ਬਹੁਤਿਆਂ ਨੇ ਕੀਤੇ ਨੇ, ਜਿਨ੍ਹਾਂ ਨੇ ਸਾਨੂੰ ਸਿੱਖੀ ਭੁੱਲਣ ਨਹੀਂ ਦਿੱਤੀ, ਜਿਨ੍ਹਾਂ ਨੇ ਸਾਨੂੰ ਸਿੱਖੀ ਦੇ ਨਾਲ ਜੋੜ ਕੇ ਰੱਖਿਆ। ਜੇ ਮੈਂ ਇਹ ਵੀ ਕਹਿ ਲਵਾਂ, ਅਸੀਂ ਜਿਸ ਤਰ੍ਹਾਂ ਦੇ ਵੀ ਹੈਗੇ ਸਾਂ, ਸਾਨੂੰ ਪਿਆਰ ਨਾਲ ਵੀ ਜੋੜ ਕੇ ਰੱਖਿਆ। ਇੱਕ ਵਾਰੀ ਆਖੀਏ ਧੰਨ ਸਤਿਗੁਰੂ ਜਗਜੀਤ ਸਿੰਘ ਸੱਚੇ ਪਾਤਸ਼ਾਹ। ਆਪ ਜੀ, ਤੁਸੀਂ ਸਾਰੀ ਸੰਗਤ ਨੇ ਰਲ ਮਿਲ ਕੇ ਮੇਲਾ ਕਰਾਇਆ, ਪ੍ਰਕਾਸ਼ ਪੁਰਬ ਮਨਾਇਆ, ਬੱਚਿਆਂ ਨੇ ਗੁਰਬਾਣੀ ਸੁਣਾਈ ਹੈ, ਬੱਚਿਆਂ ਨੇ ਦੁਆਨ ਲਾਏ ਨੇ, ਬੜਾ ਵਧੀਆ ਉੱਦਮ ਹੈ ਤੁਹਾਡਾ। ਸੱਚ ਪਾਤਸ਼ਾਹ ਸ਼ਾਇਦ ਤੁਹਾਨੂੰ, ਨੌਜਵਾਨਾਂ ਨੂੰ, ਵੱਡਿਆਂ ਨੂੰ ਪਤਾ ਹੋਏਗਾ, ਬਹੁਤ ਨੂੰ ਇਸ ਗੱਲ ਦਾ ਪਤਾ ਹੈ ਕਿ ਨਹੀਂ, ਗਰੀਬ ਨਿਵਾਜ ਸਤਿਗੁਰੂ ਰਾਮ ਸਿੰਘ ਸੱਚੇ ਪਾਤਸ਼ਾਹ ਦਾ ਅਵਤਾਰ। ਇੱਕ ਬੜੇ, ਜੇ ਅਸੀਂ ਕਹਿ ਲਈਏ, ਕੋਈ ਅਮੀਰ ਪਰਿਵਾਰ 'ਚ ਨਹੀਂ ਹੋਇਆ, ਉਹਨਾਂ ਦਿਨਾਂ ਵਿੱਚ ਜੇ ਅਸੀਂ ਕਹਿ ਲਈਏ, ਇੱਕ ਗਰੀਬ ਪਰਿਵਾਰ 'ਚ ਹੋਇਆ। ਔਰ ਉਦੋਂ ਅੱਜ ਨਾਲੋਂ ਜ਼ਿਆਦਾ, ਅੱਜ ਵੀ ਸਾਡਾ ਸਮਾਜ, ਅਸੀਂ ਇਹ ਨਹੀਂ ਕਹਿ ਸਕਦੇ ਕਿ ਜਾਤੀਆਂ ਵਿੱਚ ਨਹੀਂ ਵੰਡਿਆ ਹੋਇਆ, ਪਰ ਉਦੋਂ ਸਾਡਾ ਸਮਾਜ ਅੱਜ ਤੋਂ ਵੀ ਜਾਤੀਆਂ ਵਿੱਚ ਜ਼ਿਆਦਾ ਵੰਡਿਆ ਹੋਇਆ ਸੀ। ਖਾਸ ਕਰਕੇ ਬੱਚਿਆਂ ਨੂੰ ਸਮਝਣ ਵਾਲੀ ਗੱਲ ਹੈ, ਬਹੁਤ ਜ਼ਿਆਦਾ ਵੰਡਿਆ ਹੋਇਆ ਸੀ। ਉਦੋਂ ਰਾਮਗੜੀਆਂ ਨੂੰ ਜਾਂ ਤਰਖਾਣਾ ਨੂੰ ਇੱਕ ਛੋਟੀ ਜਾਤ ਵਾਂਗੂ ਸਮਝਿਆ ਜਾਂਦਾ ਸੀ। ਉੱਥੇ ਸਤਿਗੁਰੂ ਰਾਮ ਸਿੰਘ ਸੱਚੇ ਪਾਤਸ਼ਾਹ ਨੇ ਆਪਣਾ ਪ੍ਰਕਾਸ਼ ਲਿਆ, ਪ੍ਰਗਟ ਹੋਏ, ਪ੍ਰਗਟ ਹੋ ਕੇ ਇਹ ਮਾਣ ਦਿੱਤਾ। ਇਹ ਮਾਣ ਦੇ ਕੇ ਜੇ ਮੈਂ ਕਹਿ ਲਵਾਂ, ਅੱਜ ਮਿਸਤਰੀ ਸਿੰਘ ਕਿੱਥੇ ਦੇ ਕਿੱਥੇ ਪਹੁੰਚ ਗਏ ਨੇ, ਅੱਜ ਕਿਸੇ ਜਾਤ ਨਾਲੋਂ ਕਿਸੇ ਨਾਲੋਂ ਨੀਵੇਂ ਨਹੀਂ, ਇਹ ਵੀ ਸੱਚੇ ਪਾਤਸ਼ਾਹ ਦੀ ਕਿਰਪਾ। ਫਿਰ ਜੇ ਅਸੀਂ ਇਹ ਗੱਲ ਕਰੀਏ, ਸੱਚੇ ਪਾਤਸ਼ਾਹ ਨੇ ਕਿਹੜੇ ਕਿਹੜੇ ਕੰਮ ਕੀਤੇ? ਸਤਿਗੁਰੂ ਰਾਮ ਸਿੰਘ ਸੱਚੇ ਪਾਤਸ਼ਾਹ ਨੇ ਦਿਹਾੜੀ ਕੀਤੀ, ਆਪਣੇ ਹੱਥੀਂ ਕੰਮ ਕੀਤਾ, ਲੱਕੜ ਦਾ ਕੰਮ ਆਪਣੇ ਹੱਥੀਂ ਕੀਤਾ, ਫੌਜ ਵਿੱਚ ਕੀਤਾ, ਫੌਜ ਵਿੱਚ ਇੱਕ ਸਿਪਾਹੀ ਦੇ ਤੌਰ 'ਤੇ ਫੌਜ ਵਿੱਚ ਨੌਕਰੀ ਕੀਤੀ, ਫਿਰ ਇੱਕ ਛੋਟੀ ਜਿਹੀ ਦੁਕਾਨ ਕੀਤੀ, ਉਸ ਜਗ੍ਹਾ ਤੋਂ ਉੱਠ ਕੇ ਉੱਥੋਂ ਸ਼ੁਰੂਆਤ ਕਰਵਾ ਕੇ ਉਹ ਅੰਗਰੇਜ਼, ਜਿਨ੍ਹਾਂ ਦਾ ਸ਼ਾਇਦ ਉਹਨਾਂ ਦਿਨਾਂ ਵਿੱਚ 40-50 ਦੇਸ਼ਾਂ ਵਿੱਚ ਰਾਜ ਸੀ, ਉਸ ਰਾਜ ਦੀਆਂ ਕੰਧਾਂ ਹਿਲਾ ਕੇ ਰੱਖ ਦਿੱਤੀਆਂ। ਇਸ ਸਤਿਗੁਰੂ ਰਾਮ ਸਿੰਘ ਸੱਚੇ ਪਾਤਸ਼ਾਹ ਦੇ ਚਰਨੀ ਲੱਗਣ ਦਾ ਆਪਾਂ ਨੂੰ ਮਾਣ ਵੀ ਹੈ। ਜੇ ਅਸੀਂ ਇਹ ਕਹਿ ਲਈਏ, ਇਸ ਗੱਲ 'ਚ ਕੋਈ ਸ਼ੱਕ ਨਹੀਂ ਕਿ ਜਿਹੜੀ ਸਿੱਖੀ ਅੱਜ ਆਪਾਂ ਦੇਖਦੇ ਹਾਂ, ਭਾਵੇਂ ਉਹਦੇ ਰੂਪ ਬਦਲ ਗਏ ਨੇ, ਇਹ ਕਿਰਪਾ ਸਤਿਗੁਰੂ ਰਾਮ ਸਿੰਘ ਸੱਚੇ ਪਾਤਸ਼ਾਹ ਦੀ ਹੋਈ। ਕਿਉਂਕਿ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਤੋਂ ਬਾਅਦ ਬਹੁਤ ਲੰਬਾ ਟਾਈਮ ਲੰਘ ਗਿਆ। ਜੇ ਆਪਾਂ ਗੁਰੂ ਬਾਲਕ ਸਿੰਘ ਸੱਚੇ ਪਾਤਸ਼ਾਹ ਦਾ ਟਾਈਮ ਲਈਏ, ਉਹ ਬਹੁਤ ਸਾਰਾ ਟਾਈਮ ਉਹਨਾਂ ਦਾ ਹਜ਼ਰੋਂ ਦੇ ਆਲੇ ਦੁਆਲੇ ਲੰਘਿਆ,
ਗੁਰੂ ਸਤਿਗੁਰੂ ਬਾਲਕ ਸਿੰਘ ਜੀ, ਜੇ ਮੈਂ ਗਲਤ ਨਾ ਹੋਵਾਂ ਤਾਂ ਇਸ ਪਾਸੇ ਸਤਿਗੁਰੂ ਬਾਲਕ ਸਿੰਘ ਸੱਚੇ ਪਾਤਸ਼ਾਹ ਦਰਸ਼ਨ ਨਹੀਂ ਦਿੱਤੇ, ਉਸ ਤਰ੍ਹਾਂ ਪ੍ਰਚਾਰ ਦੌਰੇ ਨਹੀਂ ਕੀਤੇ। ਬਹੁਤ ਵੱਡਾ ਸਮਾਂ ਲੰਘਣ ਨਾਲ ਸਿੱਖੀ ਕਰੀਬ ਕਰੀਬ ਖਤਮ ਹੋ ਚੁੱਕੀ ਸੀ। ਉਸ ਸਿੱਖੀ ਨੂੰ ਦੁਬਾਰਾ ਸੁਰਜੀਤ ਕੀਤਾ ਉਹ ਸਤਿਗੁਰੂ ਰਾਮ ਸਿੰਘ ਸੱਚੇ ਪਾਤਸ਼ਾਹ ਨੇ ਕੀਤਾ। ਜੇ ਆਪਾਂ ਇਹ ਵੀ ਕਹਿ ਲਈਏ, ਆਦਿ ਸ਼੍ਰੀ ਗ੍ਰੰਥ ਸਾਹਿਬ ਨੂੰ, ਗੁਰੂ ਗ੍ਰੰਥ ਸਾਹਿਬ ਨੂੰ ਜਾਂ ਦਸਮ ਗ੍ਰੰਥ ਸਾਹਿਬ ਨੂੰ, ਗੁਰਬਾਣੀ ਨੂੰ ਜੇ ਸਤਿਕਾਰ ਦਵਾਇਆ ਉਹ ਸੱਚੇ ਪਾਤਸ਼ਾਹ ਨੇ ਦਵਾਇਆ। ਉਹਨਾਂ ਦਿਨਾਂ 'ਚ ਗੁਰਬਾਣੀ ਪੜ੍ਹਨੋਂ ਹਟ ਗਏ ਸੀ, ਗੁਰਬਾਣੀ ਕੋਈ ਪੜ੍ਹਦਾ ਨਹੀਂ ਸੀ, ਗ੍ਰੰਥ ਸਾਹਿਬ ਦੀ ਬੀੜ ਕੋਈ ਪ੍ਰਕਾਸ਼ ਨਹੀਂ ਸੀ ਕਰਦਾ। ਸੱਚੇ ਪਾਤਸ਼ਾਹ ਨੇ ਉਹ ਕਿਰਪਾ ਕੀਤੀ, ਪੁਰਾਣੀਆਂ ਬੀੜਾਂ ਆਲਿਆਂ ਵਿੱਚ ਪਈਆਂ ਕੱਢ ਕੇ ਸਾਫ਼ ਕਰਕੇ ਆਖਿਆ, ਪਾਠ ਕਰਿਆ ਕਰੋ, ਸਿੱਖ ਬਣੋ। ਇਹ ਕਿਰਪਾ ਸਤਿਗੁਰੂ ਰਾਮ ਸਿੰਘ ਸੱਚੇ ਪਾਤਸ਼ਾਹ ਨੇ ਕੀਤੀ ਹੈ। ਫਿਰ ਜੇ ਆਪਾਂ ਇਹ ਤਾਂ ਆਪਾਂ ਧਾਰਮਿਕ ਗੱਲ ਕਰਦੇ ਹਾਂ, ਸੱਚੇ ਪਾਤਸ਼ਾਹ ਦਾ ਇਹ ਹੁਕਮ ਹੈ ਕਿ ਜਿੰਨਾ ਚਿਰ ਤੁਸੀਂ ਗੱਲਾਂ ਸੁਣਦੇ ਹੋ ਸ਼ਹੀਦਾਂ ਦੀਆਂ, ਕਿ ਉਹ ਸ਼ਹੀਦਾਂ ਨੂੰ ਤੋਪਾਂ ਤੋਂ ਡਰ ਨਹੀਂ ਲੱਗਾ, ਉਹਨਾਂ ਨੂੰ ਫਾਂਸੀਆਂ ਤੋਂ ਡਰ ਨਹੀਂ ਲੱਗਾ, ਉਹ ਕਿਸ ਕਰਕੇ ਡਰ ਨਹੀਂ ਲੱਗਾ? ਆਪਾਂ ਸਾਰਿਆਂ ਨੂੰ ਜਿਉਣ ਨੂੰ ਜੀ ਕਰਦਾ, ਕਿਸੇ ਦਾ ਮਰਨ ਨੂੰ ਜੀ ਨਹੀਂ ਕਰਦਾ, ਉਹਨਾਂ ਨੂੰ ਕਿਸ ਕਰਕੇ ਡਰ ਨਹੀਂ ਲੱਗਿਆ? ਕਿਉਂਕਿ ਉਹਨਾਂ ਦੇ ਮਨ ਇੰਨੇ ਉੱਚੇ ਹੋ ਚੁੱਕੇ ਸੀ, ਉਹਨਾਂ ਨੂੰ ਇਹ ਵਿਸ਼ਵਾਸ ਸੀ ਕਿ ਅਸੀਂ ਮਰਨਾ ਨਹੀਂ, ਇਹ ਆਤਮਾ ਅਮਰ ਹੈ। ਇਹ ਬੜੀਆਂ ਥਿਉਰੀਆਂ ਵਾਲੇ ਬੜੀਆਂ ਗੱਲਾਂ ਕਰ ਲੈਂਦੇ ਨੇ, ਬੈਠ ਕੇ ਗੱਲਾਂ ਕਰਨੀਆਂ ਬੜੀਆਂ ਸੌਖੀਆਂ ਨੇ, ਪਰ ਸਤਿਗੁਰੂ ਰਾਮ ਸਿੰਘ ਸੱਚੇ ਪਾਤਸ਼ਾਹ ਦੀ ਦਿੱਤੀ ਹੋਈ ਸਿੱਖੀ ਨਾਲ ਉਹਨਾਂ ਸਿੱਖਾਂ ਨੂੰ ਵਿਸ਼ਵਾਸ ਹੋ ਗਿਆ ਸੀ ਕਿ ਮਰਨਾ ਕਿਹਨੇ ਆ, ਮੈਂ ਜਾਣਾ ਕਿੱਥੇ ਆ, ਮੈਂ ਤਾਂ ਸਤਿਗੁਰੂ ਰਾਮ ਸਿੰਘ ਦੇ ਚਰਨਾਂ ਵਿੱਚ ਰਹਿਣਾ, ਮੈਂ ਕਿਤੇ ਜਾਣਾ ਹੀ ਨਹੀਂ। ਜਿਹਨੂੰ ਇਹ ਵਿਸ਼ਵਾਸ ਹੋ ਗਿਆ, ਮੈਂ ਉਦਾਹਰਣ ਦਿੰਦਾ, ਸਤਿਗੁਰੂ ਜਗਜੀਤ ਸਿੰਘ ਸੱਚੇ ਪਾਤਸ਼ਾਹ ਦੇ ਬਚਨ ਦੁਹਰਾਉਣਾ, ਅੱਜ ਕੱਲ੍ਹ ਉਹ ਵਾਪਰ ਰਹੀ ਹੈ, ਸੱਚੇ ਪਾਤਸ਼ਾਹ ਹੁਕਮ ਕਰਦੇ ਨੇ, ਜਿਹਨੂੰ ਇਹ ਪਤਾ ਲੱਗ ਗਿਆ ਕਿ ਮੇਰਾ ਅਮਰੀਕਾ ਦਾ ਵੀਜ਼ਾ ਲੱਗ ਗਿਆ, ਉਹ ਇੱਥੇ ਕਾਹਨੂੰ ਰਹਿੰਦਾ? ਇਸ ਤਰ੍ਹਾਂ ਹੀ ਉਹਨਾਂ ਸਿੱਖਾਂ ਨੂੰ ਇਹ ਪਤਾ ਲੱਗ ਗਿਆ ਸੀ ਕਿ ਅਸੀਂ ਤਾਂ ਸ਼ਹੀਦ ਹੋ ਕੇ ਸਤਿਗੁਰੂ ਰਾਮ ਸਿੰਘ ਨਾਲ ਇੱਕ ਹੋ ਜਾਣਾ, ਅਸੀਂ ਸ਼ਹੀਦ ਹੋ ਕੇ ਸਤਿਗੁਰੂ ਰਾਮ ਸਿੰਘ ਦੇ ਚਰਨਾਂ ਵਿੱਚ ਜਾਣਾ। ਇਸ ਕਰਕੇ ਉਹਨਾਂ ਨੂੰ ਮਰਨ ਤੋਂ ਡਰ ਹੀ ਨਹੀਂ ਸੀ ਲੱਗਦਾ, ਇਸ ਕਰਕੇ ਉਹਨਾਂ ਸ਼ਹੀਦਾਂ ਨੇ ਸ਼ਹਾਦਤ ਦਿੱਤੀ, ਔਰ ਉਹ ਸ਼ਹਾਦਤ ਦੇ ਕੇ ਵੀ ਉਹ ਅਮਰ ਹੋ ਗਏ। ਮੈਂ ਆਪਾਂ ਸੋਸ਼ਲ ਸਮਾਜ ਦੀ ਗੱਲ ਕਰਦੇ ਹਾਂ, ਦੇਖੋ ਕਿੰਨੀ ਵੱਡੀ ਗੱਲ ਸਤਿਗੁਰੂ ਰਾਮ ਸਿੰਘ ਸੱਚੇ ਪਾਤਸ਼ਾਹ ਨੇ। ਜੇ ਅੱਜ ਤੋਂ ਤੁਸੀਂ 200 ਸਾਲ ਪਹਿਲੇ ਦੀਆਂ ਗੱਲਾਂ ਕਰੋ, ਕਿਉਂਕਿ ਆਪਾਂ 1857 ਦੇ ਕਰੀਬ ਦੀਆਂ ਗੱਲਾਂ ਕਰਦੇ ਹਾਂ, ਪੌਣੇ 200 ਸਾਲ, ਜੇ ਆਪਾਂ ਉਦੋਂ ਦੀਆਂ ਗੱਲ ਕਰੀਏ, ਉਸ ਟਾਈਮ ਵਿੱਚ ਕੁੜੀਆਂ ਨੂੰ ਮਾਰਿਆ ਜਾਂਦਾ ਸੀ, ਅੱਜ ਵੀ ਪੂਰੀ ਤਰ੍ਹਾਂ ਖਤਮ ਨਹੀਂ ਹੋਇਆ। ਜੇ ਅੱਜ ਵੀ ਅਸੀਂ ਕਹਿ ਲਈਏ, ਸ਼ਾਇਦ ਛੋਟਿਆਂ ਬੱਚਿਆਂ ਨੂੰ ਨਹੀਂ ਪਤਾ ਹੋਏਗਾ, ਤੁਹਾਨੂੰ ਪਤਾ ਹੋਏਗਾ, ਅੱਜ ਵੀ ਗਰਭ ਦੇ ਟੈਸਟ ਹੋਣ ਤੋਂ ਬਾਅਦ ਅੱਜ ਵੀ ਬਹੁਤ ਕੁਛ ਹੋ ਰਿਹਾ, ਬਥੇਰੇ ਬੜੇ ਕਲੀਨਿਕ ਖੁੱਲ੍ਹੇ ਨੇ, ਬੜੀਆਂ ਦੁਕਾਨਦਾਰੀਆਂ ਖੁੱਲ੍ਹੀਆਂ ਨੇ, ਪਰ ਅੱਜ ਤੋਂ ਉਸ ਟਾਈਮ ਵਿੱਚ ਸਤਿਗੁਰੂ ਰਾਮ ਸਿੰਘ ਸੱਚੇ ਪਾਤਸ਼ਾਹ ਨੇ ਕੁੜੀਆਂ ਮਾਰਨ ਨੂੰ ਹਟਾਇਆ। ਫਿਰ ਕਿੰਨੀਆਂ ਛੋਟੀਆਂ ਛੋਟੀਆਂ ਗੱਲਾਂ ਕੀਤੀਆਂ ਨੇ, ਸਰਕਾਰਾਂ ਨੇ ਆ ਕੇ ਹੁਣ ਮਤੇ ਪਾਸ ਕੀਤੇ ਨੇ ਕਿ 18 ਸਾਲ ਤੋਂ ਘੱਟ ਲੜਕੀ ਦਾ ਵਿਆਹ ਨਾ ਹੋਵੇ। ਸੱਚੇ ਪਾਤਸ਼ਾਹ ਉਹਨਾਂ ਦਿਨਾਂ ਵਿੱਚ ਆਪਣੇ ਹੁਕਮਨਾਮੇ 'ਚ ਲਿਖਦੇ ਨੇ, ਰਹਿਤਨਾਮੇ ਵਿੱਚ ਲਿਖਿਆ, 16 ਸਾਲ ਤੋਂ ਘੱਟ ਦੀ ਲੜਕੀ ਔਰ 18 ਸਾਲ ਤੋਂ ਘੱਟ ਦੇ ਲੜਕੇ ਦਾ ਵਿਆਹ ਨਹੀਂ ਕਰਨਾ। ਤੁਸੀਂ ਹੁਣੇ ਇੱਕ ਬੱਚੇ ਨੇ ਵੀ ਰਹਿਤਨਾਮਾ ਪੜ੍ਹਿਆ ਸੀ, ਤੁਸੀਂ ਉਸ ਰਹਿਤਨਾਮੇ ਵਿੱਚ ਤੁਸੀਂ ਪੜ੍ਹਦੇ ਹੋ, ਉਦੋਂ ਸੱਚੇ ਪਾਤਸ਼ਾਹ ਇਹ ਸੋਚਿਆ। ਫਿਰ ਇੱਕ ਹੁਕਮਨਾਮੇ 'ਚ ਇਹ ਵੀ ਹੁਕਮ ਲਿਖਿਆ ਕਿ 18 ਸਾਲ ਤੋਂ ਘੱਟ ਲੜਕੀ ਨਾ ਹੋਵੇ। ਇਹ ਦੋ ਹੁਕਮਨਾਮੇ ਆਉਂਦੇ ਨੇ। ਸੱਚੇ ਪਾਤਸ਼ਾਹ ਫਿਰ ਇਹ ਹੁਕਮ ਕੀਤਾ ਕਿ ਵੱਟਾ ਨਹੀਂ ਕਰਨਾ। ਉਹਨਾਂ ਦਿਨਾਂ 'ਚ ਲੜਕੀਆਂ ਵੇਚ ਦਿੰਦੇ ਸੀ, ਕੀਮਤ ਪਾ ਕੇ ਲੜਕੀਆਂ ਨੂੰ ਵੇਚਿਆ ਜਾਂਦਾ ਸੀ।
ਸੱਚ ਪਾਤਸ਼ਾਹ ਹੁਕਮ ਕੀਤਾ ਲੜਕੀ ਨੂੰ ਵੇਚਣਾ ਨਹੀਂ। ਵੇਚਣ ਨਾਲ ਲੜਕੀ ਨੂੰ ਵੱਡੀ ਉਮਰ ਦਾ ਜਾਂ ਜਿਹੜਾ ਕਰੂਪ ਘਰ ਵਾਲਾ ਮਿਲੇਗਾ ਉਹਦਾ ਪਾਪ ਤੁਹਾਨੂੰ ਲੱਗੇਗਾ। ਇਹ ਸੋਚ ਉਦੋਂ ਸੀ ਜਿਹੜੀ ਅੱਜ ਸੋਚਦੇ ਹਾਂ, ਅੱਜ ਦੇ ਜ਼ਮਾਨੇ ਦੀ ਸੋਚ ਸੱਚ ਪਾਤਸ਼ਾਹ ਨੇ ਅੱਜ ਤੋਂ 200 ਸਾਲ ਪਹਿਲਾਂ ਇਹ ਕਿਰਪਾ ਕਰਕੇ ਸਮਾਜ ਸੁਧਾਰ ਜਿੰਨਾ ਬੀਬੀਆਂ 'ਤੇ ਜਿੰਨੀ ਸਤਿਗੁਰੂ ਰਾਮ ਸਿੰਘ ਸੱਚ ਪਾਤਸ਼ਾਹ ਨੇ ਕਿਰਪਾ ਕੀਤੀ ਇੰਨੀ ਸ਼ਾਇਦ ਕਿਸੇ ਵੀ ਹੋਰ ਸਮਾਜ ਸੁਧਾਰਕ ਨੇ ਇਸ ਤਰ੍ਹਾਂ ਦਾ ਇੰਨਾ ਕੰਮ ਨਹੀਂ ਕੀਤਾ ਜੋ ਸੱਚ ਪਾਤਸ਼ਾਹ ਨੇ ਕੀਤਾ, ਇੰਨੇ ਜ਼ੋਰ ਨਾਲ ਕੀਤਾ। ਉਸ ਸੱਚੇ ਪਾਤਸ਼ਾਹ ਨੂੰ ਯਾਦ ਕਰਦਿਆਂ ਹੋਇਆਂ ਆਪਾਂ ਫਿਰ ਰਹਿਤਨਾਮੇ ਦੀ ਗੱਲ ਕਰਦੇ ਹਾਂ। ਸਤਿਗੁਰੂ ਜਗਜੀਤ ਸਿੰਘ ਸੱਚੇ ਪਾਤਸ਼ਾਹ ਹੁਕਮ ਕਰ ਦਿੰਦੇ ਸੀ ਰਹਿਤਨਾਮਾ ਪੜ੍ਹਿਆ ਕਰੋ। ਬੜੀਆਂ ਛੋਟੀਆਂ ਛੋਟੀਆਂ ਗੱਲਾਂ ਨੇ ਜੇ ਆਪਾਂ ਪੜ੍ਹਦੇ ਵੀ ਹਾਂ ਆਪਾਂ ਮਿਸ ਕਰ ਜਾਂਦੇ ਹਾਂ। ਰਹਿਤਨਾਮੇ 'ਚ ਆਉਂਦਾ ਖਿਮਾ ਧੀਰਜ ਰੱਖਣਾ, ਆਉਂਦਾ ਨਾ ਤੁਸੀਂ ਪੜ੍ਹਿਆ ਹੋਣਾ ਖਿਮਾ ਧੀਰਜ ਰੱਖਣਾ, ਖਿਮਾ ਧੀਰਜ ਵਾਲਿਆਂ ਦੇ ਗੁਰੂ ਅੰਗ ਸੰਗ। ਬੜੀ ਬਹੁਤ ਵੱਡੀ ਗੱਲ ਹੈ, ਤੁਸੀਂ ਕੋਈ ਰੱਖ ਕੇ ਦੇਖ ਲਓ ਬੰਦਾ ਸੌਖਾ ਹੋ ਜਾਂਦਾ। ਪਰ ਇੱਕ ਹੁਕਮਨਾਮੇ 'ਚ ਸ਼ਾਇਦ ਇਹ ਵੀ ਆਉਂਦਾ ਕੰਮ ਖਿਮਾ ਦਾ ਬਹੁਤ ਔਖਾ ਹੈ, ਇਹ ਵੀ ਆਉਂਦਾ ਕੰਮ ਖਿਮਾ ਦਾ ਬਹੁਤ ਔਖਾ ਹੈ, ਵਾਕਿਆ ਹੀ ਬਹੁਤ ਔਖਾ ਹੈ। ਆਪਾਂ ਨੂੰ ਕੋਈ ਗਾਲ ਵੀ ਕੱਢ ਦੇਵੇ, ਕੋਈ ਉੱਚੀ ਵੀ ਬੋਲ ਦੇਵੇ, ਕੋਈ ਝੂਠੀ ਤੋਹਮਤ ਵੀ ਲਾ ਦੇਵੇ, ਆਪਣੇ ਤੋਂ ਜਰਿਆ ਨਹੀਂ ਜਾਂਦਾ। ਜਰਨਾ ਬਹੁਤ ਔਖਾ ਹੈ। ਸੱਚ ਪਾਤਸ਼ਾਹ ਦੇ ਹੁਕਮ ਕਰਦੇ ਨੇ ਜੇ ਕੋਈ ਮਾਰੇ ਕੁਛ ਤਾਂ ਵੀ ਖਿਮਾ ਕਰਨੀ, ਤੁਸਾਂ ਦਾ ਰੱਛਕ ਗੁਰੂ ਹੈ। ਸਤਿਗੁਰੂ ਪ੍ਰਤਾਪ ਸਿੰਘ ਸੱਚ ਪਾਤਸ਼ਾਹ ਦੇ ਭਾਸ਼ਣ 'ਚ ਸ਼ਾਇਦ ਸਤਿਗੁਰੂ ਜਗਜੀਤ ਸਿੰਘ ਜੀ ਦੇ ਵੀ ਆਉਂਦਾ, ਇੱਕ ਪਾਸੇ ਤੁਸੀਂ ਸਮਝਦੇ ਹੋ ਸਾਡੀ ਤਾਕਤ ਹੈ, ਸਾਡਾ ਬਲ ਹੈ, ਦੂਜੇ ਪਾਸੇ ਕਿਹਦਾ ਬਲ ਹੈ, ਗੁਰੂ ਦਾ ਬਲ ਹੈ। ਤੁਹਾਡਾ ਬਲ ਜ਼ਿਆਦਾ ਹੈ ਕਿ ਗੁਰੂ ਦਾ ਬਲ ਜ਼ਿਆਦਾ ਹੈ? ਖਿਮਾ ਕਰਨ ਵਾਲਿਆਂ ਦੇ ਨਾਲ ਕੌਣ ਹੈ? ਗੁਰੂ ਹੈ। ਇਹ ਬੜੇ ਛੋਟੇ ਛੋਟੇ ਹੁਕਮ ਨੇ। ਫਿਰ ਸੱਚ ਪਾਤਸ਼ਾਹ ਪਰਾਏ ਹੱਕ ਦਾ ਹੁਕਮ ਕੀਤਾ, ਫਿਰ ਉਹ ਗੁਰਬਾਣੀ ਦਾ ਹੁਕਮ ਕੀਤਾ ਕਿ ਕਿਸੇ ਦਾ ਪਰਾਇਆ ਹੱਕ ਨਹੀਂ ਲੈਣਾ। ਜੇ ਆਪਾਂ ਪਰਾਇਆ ਹੱਕ ਛੱਡ ਦਿੰਦੇ ਹਾਂ ਤਾਂ ਬਹੁਤ ਹੱਦ ਤੱਕ ਆਪਣੀਆਂ ਲੜਾਈਆਂ ਮੁੱਕ ਜਾਂਦੀਆਂ ਨੇ। ਦੇਖੋ ਆਪਾਂ ਰਹਿਤਨਾਮੇ ਦੇ ਬਚਨ ਲੈ ਲਈਏ, ਪਰਾਇਆ ਹੱਕ ਛੱਡ ਦਈਏ ਅਤੇ ਖਿਮਾ ਧੀਰਜ ਰੱਖਣ ਲੱਗ ਜਾਈਏ, ਸਾਰੀ ਲੜਾਈ ਨਹੀਂ ਮੁੱਕ ਜਾਂਦੀ? ਇਹ ਦੁਨੀਆ ਰਹਿਣ ਨੂੰ ਕਿੰਨੀ ਸੌਖੀ ਹੋ ਜਾਂਦੀ ਹੈ। ਸੱਚ ਪਾਤਸ਼ਾਹ ਦੇ ਹੁਕਮ ਮੰਨਣ ਵਿੱਚ ਸਦਾ ਹੀ ਸੌਖੀ ਸੌਖੇ। ਅਤੇ ਅਖੀਰ 'ਤੇ ਗੱਲ ਕਰਦਿਆਂ ਮੈਂ ਅਰਜ਼ ਕਰਾਂਗਾ ਕਿ ਆਪ ਜੀ ਇੱਥੇ ਆਉਂਦੇ ਹੋ, ਇੱਕ ਤਾਂ ਅਸੀਂ ਕੱਲ੍ਹ ਮੈਂ ਘਰਾਂ ਵਿੱਚ ਵੀ ਜਾਂਦਾ ਰਿਹਾ, ਮੇਰੀ ਵੀ ਇਹ ਨੌਕਰੀ ਹੈ, ਨੌਕਰੀ ਵੀ ਮੈਂ ਜਿੱਥੋਂ ਸਿੱਖਿਆ, ਜੋ ਕੁਛ ਮੈਨੂੰ ਜੋ ਮਾੜੀ ਮੋਟੀ ਪ੍ਰਾਪਤੀ ਹੈ ਉਹ ਤਾਂ ਸਤਿਗੁਰੂ ਜਗਜੀਤ ਸਿੰਘ ਸੱਚ ਪਾਤਸ਼ਾਹ ਦੇ ਚਰਨਾਂ ਵਿੱਚੋਂ ਹੀ ਹੈ। ਮੈਂ ਬਹੁਤਿਆਂ ਘਰਾਂ 'ਚ ਦੇਖਿਆ ਕਿ ਕੱਪੜੇ ਠੀਕ ਨਹੀਂ ਸੀ, ਕੋਸ਼ਿਸ਼ ਕਰਿਆ ਕਰੋ ਵੱਧ ਤੋਂ ਵੱਧ ਟਾਈਮ ਨਾਮਧਾਰੀ ਕੱਪੜੇ ਪਾਇਆ ਕਰੋ, ਕੁੜਤਾ ਪਜਾਮਾ ਪਾਇਆ ਕਰੋ, ਇਸ ਗੱਲ ਦਾ ਮਾਣ ਕਰਿਆ ਕਰੋ ਕਿ ਇਹ ਉਹ ਕੱਪੜੇ ਨੇ ਜਿਨ੍ਹਾਂ ਨੇ ਗਊ ਗਰੀਬ ਦੀ ਰੱਖਿਆ ਕੀਤੀ ਹੈ, ਇਹ ਉਹ ਮੇਰੇ ਸਤਿਗੁਰੂ ਦੇ ਬਸਤਰ ਨੇ ਜਿਹੜੇ ਸੱਚ ਲਈ ਖਲੋਤੇ ਨੇ, ਇਹ ਮੇਰੇ ਉਸ ਸਤਿਗੁਰੂ ਦੇ ਬਸਤਰ ਨੇ ਜਿਨ੍ਹਾਂ ਨੇ ਇਸ ਦੇਸ਼ ਨੂੰ ਆਜ਼ਾਦੀ ਦਵਾਈ ਹੈ। ਇਸ ਚੀਜ਼ ਦਾ ਮਾਣ ਕਰਕੇ ਕੱਪੜੇ ਪਾਇਆ ਕਰੋ। ਆਪਣੇ ਧਰਮ ਦਾ ਤੁਹਾਨੂੰ ਮਾਣ ਹੋਵੇ, ਤੁਹਾਨੂੰ ਸਤਿਗੁਰੂ ਰਾਮ ਸਿੰਘ ਦੇ ਸਿੱਖ ਹੋਣ ਦਾ ਮਾਣ ਹੋਵੇ, ਤੁਹਾਨੂੰ ਚੰਗਾ ਲੱਗੇ, ਇਹ ਚੀਜ਼ਾਂ ਤੁਸੀਂ ਬੱਚਿਆਂ ਨੂੰ ਵੀ ਦੱਸੋ ਤਾਂ ਕਿ ਬੱਚੇ ਆਪਣੇ ਅੰਦਰੋਂ ਕਨਵਿੰਸ ਹੋਣ ਕਿ ਮੈਂ ਸਤਿਗੁਰੂ ਰਾਮ ਸਿੰਘ ਦਾ ਸਿੱਖ ਹਾਂ, ਮੈਂ ਕਿਸੇ ਦਾ ਮਾੜਾ ਨਹੀਂ ਕਰਦਾ, ਮੈਂ ਕਿਸੇ ਦਾ ਹੱਕ ਨਹੀਂ ਮਾਰਦਾ, ਮੈਂ ਉਹਦਾ ਸਿੱਖ ਹਾਂ ਜਿਹੜਾ ਗਊ ਗਰੀਬ ਵਾਸਤੇ ਲੜਿਆ। ਫਿਰ ਆਪਾਂ ਨੂੰ ਉਹ ਚੰਗਾ ਲੱਗੇਗਾ। ਇਹ ਗੱਲਾਂ ਦੂਜੇ ਵੀ ਸੁਣਨਗੇ, ਉਹ ਵੀ ਸਾਡੇ ਸਤਿਗੁਰੂ ਨੂੰ ਨਮਸਕਾਰ ਕਰਨਗੇ। ਇਸ ਕਰਕੇ ਆਪਾਂ ਆਪਣੇ ਸਤਿਗੁਰੂ ਦੀ ਵੀ ਸੋਭਾ ਕਰਾਉਣੀ ਹੈ ਇਸ ਗੱਲ ਵਿੱਚ।
ਕੱਪੜਿਆਂ ਦੀ ਮੈਂ ਗੱਲ ਕਰਦਾ ਸੀ, ਇੱਕ ਚੀਜ਼ ਮੈਂ ਨਾਮਧਾਰੀਆਂ ਨੂੰ ਮੈਂ ਜ਼ਰੂਰ ਕਹਿਣੀ ਚਾਹਾਂਗਾ, ਸਤਿਗੁਰੂ ਜਗਜੀਤ ਸਿੰਘ ਸੱਚ ਪਾਤਸ਼ਾਹ ਦੇ ਆਪਾਂ ਬਚਨ ਕਰਦੇ ਹਾਂ, ਨੀਲਾ ਕਾਲਾ ਪਲੀਜ਼ ਨਾ ਪਾਇਆ ਕਰੋ, ਨੀਲਾ ਕਾਲਾ ਘਰ 'ਚ ਨਾ ਰੱਖਿਆ ਕਰੋ, ਹੋਰ ਬੜੇ ਰੰਗ ਨੇ ਕੋਈ ਰੰਗ ਪਾ ਲਿਆ ਕਰੋ। ਬੜਿਆਂ ਬੱਚਿਆਂ ਨੇ ਮੈਂ ਇੱਕ ਇੱਕ ਨੂੰ ਆਖਣ ਨੂੰ ਦਿਲ ਕਰਦਾ ਸੀ, ਉੱਥੇ ਆਖਿਆ ਨਹੀਂ ਜਾਂਦਾ, ਕਿਉਂਕਿ ਅਸੀਂ ਜਿੱਥੇ ਜੰਮੇ ਪਲੇ ਜਿੱਥੇ ਵੱਡੇ ਹੋਏ ਉਹ ਮੇਰਾ ਸਤਿਗੁਰੂ ਉਹ ਪ੍ਰਵਾਨ ਨਹੀਂ ਸੀ ਕਰਦੇ। ਉਹ ਤਾਂ ਇੰਨੀ ਕਿਤੇ ਘਰ ਵਿੱਚ ਦਰੀ ਵਿਛੀ ਵੀ ਹੁੰਦੀ ਸੀ, ਦਰੀ 'ਤੇ ਚਰਨ ਵੀ ਨਹੀਂ ਸੀ ਰੱਖਦੇ ਸੱਚ ਪਾਤਸ਼ਾਹ ਘਰ ਵਿੱਚ। ਪਹਿਲਾਂ ਉਹ ਦਰੀ ਨੀਲੇ ਰੰਗ ਦਾ ਸਾਫ਼ ਹੁੰਦੀ ਸੀ, ਸਾਫ਼ 'ਤੇ ਚਰਨ ਨਹੀਂ ਸੀ ਰੱਖਦੇ। ਮੈਂ ਤਾਂ ਕਹਿੰਦਾ ਜਿੱਥੇ ਅਸੀਂ ਮੱਥਾ ਟੇਕਿਆ, ਜਿਹਨੂੰ ਅਸੀਂ ਨਿਰੰਕਾਰ ਮੰਨਿਆ, ਜਿਹਨੂੰ ਅਕਾਲ ਪੁਰਖ ਮੰਨਿਆ, ਉਹਨਾਂ ਦੇ ਬਚਨ ਮੰਨਣ ਵਿੱਚ ਕਦੀ ਸਾਨੂੰ ਸੋਚਣ ਦੀ ਲੋੜ ਨਹੀਂ, ਸਾਨੂੰ ਕਿੰਤੂ ਪਰੰਤੂ ਕਰਨ ਦੀ ਲੋੜ ਨਹੀਂ, ਉਹਨਾਂ ਦੇ ਹੁਕਮ ਮੰਨਿਆ ਕਰੀਏ। ਇਹ ਸੱਚ ਪਾਤਸ਼ਾਹ ਦਾ ਹੁਕਮ ਹੈ, ਇਸ ਕਰਕੇ ਮੈਂ ਅਰਜ ਕਰਦਾ ਕਿ ਨੀਲੇ ਕਾਲੇ ਦਾ ਜ਼ਰੂਰ ਪਰਹੇਜ ਕਰ ਲਿਆ ਕਰੋ, ਖਾਸ ਕਰਕੇ ਬੱਚਿਆਂ ਨੂੰ ਹੌਲੀ ਹੌਲੀ ਹਟਦਾ ਜਾਂਦਾ। ਮੈਂ ਤਾਂ ਕਰਕੇ ਕਹਿੰਦਾ ਇਹ ਜ਼ਰੂਰ ਰੱਖਿਆ ਕਰੋ। ਨਾਮ ਸਿਮਰਨ ਇੱਕ ਘੰਟਾ ਆਪਾਂ ਜ਼ਰੂਰ ਕਰਿਆ ਕਰੀਏ। ਨਾਮਧਾਰੀ ਆਪਣੇ ਨਾਮ ਨਾਲ ਲੱਗਦਾ, ਸਤਿਗੁਰੂ ਜਗਜੀਤ ਸਿੰਘ ਸੱਚ ਪਾਤਸ਼ਾਹ ਹੁਕਮ ਕਰਦੇ ਸੀ, ਕੋਈ ਪੈਸਾ ਇੱਕ ਨਾ ਕੋਲ ਹੋਵੇ ਅਤੇ ਕੋਈ ਲੱਖਾ ਸਿੰਘ ਆਖੇ ਫਿਰ ਉਹਦੇ ਨਾਲ ਲੱਖਾ ਸਿੰਘ ਨਹੀਂ ਬਣ ਜਾਂਦਾ। ਆਪਣਾ ਨਾਮ ਨਾਮਧਾਰੀ ਹੈ, ਆਪਾਂ ਨਾਮ ਸਿਮਰਨ ਜ਼ਰੂਰ ਕਰਿਆ ਕਰੀਏ। ਨਾਮ ਸਿਮਰਨ ਵੀ ਇਸ ਤਰ੍ਹਾਂ ਕਰਿਆ ਕਰੋ, ਜਦੋਂ ਇੱਥੇ ਹੁੰਦਾ ਸਤਿਗੁਰੂ ਸੱਚੇ ਪਾਤਸ਼ਾਹ ਦਾ ਆਖਰੀ ਉਪਦੇਸ਼ ਜਿਹੜਾ ਸੱਚੇ ਪਾਤਸ਼ਾਹ ਨੇ ਆਪਣੇ ਰਜਾਬ ਵਿੱਚ ਦਿੱਤਾ ਸਤਿਗੁਰੂ ਜਗਜੀਤ ਸਿੰਘ ਜੀ ਨੇ, ਉਹਦੇ 'ਚ ਹੁਕਮ ਕੀਤਾ ਪਹਿਲੀ ਜਿਹੜੀ ਨਾਮ ਸਿਮਰਨ ਦੀ ਸ਼ੁਰੂ ਦੀ ਅਰਦਾਸ ਹੈ ਉਹਦੇ ਵਿੱਚ ਆਇਆ ਕਰੋ। ਇਹ ਨਾ ਹੋਵੇ ਕਿ ਹੁਣ 15 ਮਿੰਟ ਰਹਿ ਗਏ ਨੇ ਮੈਂ ਪਹੁੰਚ ਜਾਵਾਂ, ਹੁਣ 20 ਮਿੰਟ ਰਹਿ ਗਏ ਨੇ ਮੈਂ ਪਹੁੰਚ ਜਾਵਾਂ। ਇੰਨੀ ਕੋਸ਼ਿਸ਼ ਕਰੋ। ਮੈਂ ਵੀ ਸਮਝਦਾ ਕਿ ਤਿੰਨ ਅਵਸਥਾ ਹੁੰਦੀਆਂ ਨੇ। ਪਹਿਲੀ ਗੱਲ ਤਾਂ ਨਾਮ ਸਿਮਰਨ 'ਚ ਕੀ ਪਿਆ, ਨਾਮ ਸਿਮਰਨ 'ਚੋਂ ਮੈਂ ਲੈਣਾ ਕੀ ਹੈ, ਫਲਾਣੇ ਫਲਾਣੇ ਨੂੰ ਕਰਕੇ ਕੀ ਮਿਲ ਗਿਆ। ਪਹਿਲੀ ਤਾਂ ਇਹ ਹੈ, ਸਤਿਗੁਰੂ ਰਾਮ ਸਿੰਘ ਸੱਚ ਪਾਤਸ਼ਾਹ ਦਾ ਹੁਕਮ ਯਾਦ ਕਰੀਏ। ਸੱਚ ਪਾਤਸ਼ਾਹ ਹੁਕਮ ਕਰਦੇ ਨੇ, ਕੋਈ ਆਖੇਗਾ ਰਾਮ ਸਿੰਘ ਨੂੰ ਨਾਮ ਨੇ ਕਿੱਥੇ ਪਹੁੰਚਾ ਦਿੱਤਾ, ਇਹਨੂੰ ਫੜ ਕੇ ਲੈ ਗਏ ਨੇ, ਸੱਚ ਪਾਤਸ਼ਾਹ ਹੁਕਮ ਕੀਤਾ, ਉਹ ਕਿੰਨਾ ਵੱਡਾ ਔਰ ਕਿੰਨੀ ਨਿਰਮਾਣਤਾ ਦਾ ਹੁਕਮ ਹੈ, ਅਤੇ ਮੇਰੇ ਕੋਈ ਕਰਮਾਂ ਦਾ ਫਲ ਹੈ, ਪਰ ਨਾਮ ਨੇ ਮੈਨੂੰ ਇੱਥੇ ਵੀ ਦੁੱਖ ਵਿੱਚ ਸੁੱਖ ਦੇ ਦਿੱਤਾ, ਮੈਂ ਇੱਥੇ ਵੀ ਸੁਖੀ ਹਾਂ। ਉਹ ਸੁੱਖ ਉਸ ਨਾਮ ਨਾਲ ਹੋਣਾ, ਇਹ ਵਿਸ਼ਵਾਸ ਰੱਖੋ। ਭਾਵੇਂ ਗਰੀਬੀ ਅਮੀਰੀ ਆਪਣੇ ਕਰਮਾਂ ਨਾਲ ਮਿਲਣੀ ਹੈ, ਪੈਸਾ ਆਪਣੇ ਕਰਮਾਂ ਨਾਲ ਮਿਲਣਾ। ਕਈ ਬੜੇ ਅਮੀਰ ਹੁੰਦਿਆਂ ਹੋਇਆਂ, ਪੈਸਾ ਹੁੰਦਿਆਂ ਹੋਇਆਂ ਵੀ ਦੁਖੀ ਨੇ, ਕਈ ਆਪਣੀ ਗਰੀਬੀ ਵਿੱਚ ਵੀ ਸੁਖੀ ਨੇ, ਉਹ ਸੁੱਖ ਨਾਮ ਨਾਲ ਮਿਲਣਾ। ਉਸ ਨਾਮ ਨਾਲ ਅਸੀਂ ਜੁੜੀਏ, ਪਹਿਲੀ ਗੱਲ ਤਾਂ ਹੈ ਕਿ ਆਪਾਂ ਕਰਨ ਲੱਗੀਏ। ਦੂਸਰੀ ਗੱਲ ਇਹ ਹੈ ਕਿ ਕਰਨ ਤੋਂ ਬਾਅਦ ਅਗਲੀ ਗੱਲ ਹੈ ਕਿ ਸਾਨੂੰ ਦਿਲ ਘਰੇ ਕਰਨ, ਸਾਨੂੰ ਕਰਨ ਦਾ ਆਨੰਦ ਹੋਵੇ, ਸਾਨੂੰ ਕਰਨ ਦਾ ਚਾਅ ਹੋਵੇ। ਕਈ ਵਾਰੀ ਇਹ ਵੀ ਅਵਸਥਾ ਹੁੰਦੀ ਹੈ, ਮੇਰੀ ਵੀ ਹੁੰਦੀ ਕਈ ਵਾਰੀ, ਕਿ ਆਪਾਂ ਜਾਣਾ ਪੈਂਦਾ, ਚਲੇ ਜਾਂਦੇ ਹਾਂ, ਬਹਿ ਜਾਂਦੇ ਹਾਂ ਜਾਂ ਸਮਝ ਲੈਂਦੇ ਹਾਂ, ਚੰਗੀ ਚੀਜ਼ ਹੈ, ਪਰ ਇਹ ਕੋਸ਼ਿਸ਼ ਕਰੋ ਕਿ ਆਨੰਦ ਆਉਣ ਲੱਗ ਜਾਵੇ। ਆਪਾਂ ਕੋਸ਼ਿਸ਼ ਕਰਾਂਗੇ, ਹੌਲੀ ਹੌਲੀ ਆਉਣ ਲੱਗ ਜਾਂਦਾ। ਫਿਰ ਮੇਰੇ ਪਾਤਸ਼ਾਹ ਸਤਿਗੁਰੂ ਜਗਜੀਤ ਸਿੰਘ ਸੱਚੇ ਪਾਤਸ਼ਾਹ ਦੇ ਉਪਦੇਸ਼ਾਂ ਵਿੱਚੋਂ ਹੁਕਮ ਕਰਦੇ ਨੇ, ਬੱਚੇ ਨੂੰ ਤੁਸੀਂ ਸਕੂਲ ਘੱਲਦੇ ਹੋ, ਸ਼ੁਰੂ ਸ਼ੁਰੂ 'ਚ ਉਹਦਾ ਜੀ ਨਹੀਂ ਕਰਦਾ ਜਾਣ ਨੂੰ, ਉਹ ਰੋਂਦਾ, ਫਿਰ ਵੀ ਤੁਸੀਂ ਸਕੂਲ ਭੇਜ ਦਿਓ। ਥੋੜ੍ਹੀ ਚਿਰ ਬਾਅਦ ਉਹਨੂੰ ਪੜ੍ਹਾਈ ਚੰਗੀ ਲੱਗਣ ਲੱਗ ਜਾਂਦੀ, ਉਹਦੇ ਦੋਸਤ ਉੱਥੇ ਬਣਨ ਲੱਗ ਜਾਂਦੇ ਨੇ। ਇਸ ਤਰ੍ਹਾਂ ਹੀ ਸਾਨੂੰ ਨਾਮ ਸਿਮਰਨ ਕਰਦਿਆਂ ਨਾਮ ਸਿਮਰਨ ਚੰਗਾ ਲੱਗਣ ਲੱਗ ਜਾਵੇ, ਸਾਡਾ ਪਾਤਸ਼ਾਹ ਸਾਡਾ ਯਾਰ ਬਣ ਜਾਵੇ, ਸਾਨੂੰ ਉਹਦੀ ਯਾਦ ਵਿੱਚ ਬਹਿਣਾ ਚੰਗਾ ਲੱਗਣ ਲੱਗ ਜਾਵੇ, ਫਿਰ ਤੁਹਾਨੂੰ ਆਨੰਦ ਆਉਣ ਲੱਗ ਜਾਵੇ, ਫਿਰ ਆਪਣੇ ਸਾਰੇ ਦੁੱਖ ਦੂਰ ਹੋ ਜਾਣਗੇ, ਫਿਰ ਆਪਾਂ ਉਸ ਸਵਾਦ ਵਿੱਚ ਰਹਿਣ ਲੱਗ ਜਾਵਾਂਗੇ। ਇੱਥੇ ਵੀ ਜਦੋਂ ਤੁਸੀਂ ਆਉਂਦੇ ਹੋ ਉਦੋਂ ਬਿਲਕੁਲ ਨਾਮ ਸਿਮਰਨ ਜਦੋਂ ਕਰਦੇ ਹੋ ਉਦੋਂ ਬਿਲਕੁਲ ਹਿਲਜੁਲ ਨਾ ਹੋਵੇ, ਕੋਈ ਗੱਲ ਨਾ ਕਰੇ,
ਅਸੀਂ ਭੈਣੀ ਸਾਹਿਬ ਇਹ ਕੀਤਾ ਸੀ, ਤੁਸੀਂ ਵੀ ਇੱਥੇ ਕਰਕੇ ਦੇਖ ਸਕਦੇ ਹੋ। ਅੱਧਾ ਘੰਟਾ ਬੇਸ਼ੱਕ ਉਪਦੇਸ਼ ਨਾ ਲਾਓ, ਪਹਿਲਾ ਅੱਧਾ ਘੰਟਾ ਬਿਲਕੁਲ ਚੁੱਪ ਕਰਕੇ ਇਕਾਂਤ ਵਿੱਚ ਨਾਮ ਸਿਮਰਨ ਕਰੋ, ਦੂਸਰੇ ਅੱਧੇ ਘੰਟੇ ਵਿੱਚ ਤੁਸੀਂ ਉਪਦੇਸ਼ ਲਾ ਲਓ। ਪਰ ਉਪਦੇਸ਼ ਇੱਕ ਕੋਸ਼ਿਸ਼ ਕਰੋ ਕਿ ਸਾਡਾ ਮਨ ਲੱਗੇ, ਸਾਡੇ ਮਨ ਵਿੱਚੋਂ ਬਾਕੀ ਸਾਰਾ ਕੁਝ ਨਿਕਲੇਗਾ, ਈਰਖਾ ਦੁਵੇਸ਼ ਚਿੰਤਾਵਾਂ ਨਿਕਲਣਗੀਆਂ, ਅਤੇ ਤਾਂ ਹੀ ਸਾਡੇ ਮਨ ਦੇ ਅੰਦਰ ਅਕਾਲ ਪੁਰਖ ਵਸੇਗਾ। ਉਹ ਜਗ੍ਹਾ ਅਸੀਂ ਖਾਲੀ ਕਰਾਂਗੇ, ਜਿੰਨਾ ਚਿਰ ਉਹ ਜਗ੍ਹਾ ਖਾਲੀ ਨਹੀਂ ਹੁੰਦੀ, ਜਿੰਨੀ ਚਿਰ ਆਪਣੀ ਜਗ੍ਹਾ ਵਿਚਾਰਾਂ ਨਾਲ ਜਾਂ ਈਰਖਾ ਨਾਲ ਜਾਂ ਕਾਮ ਕ੍ਰੋਧ ਨਾਲ ਭਰੀ ਪਈ ਹੈ, ਉਨਾ ਚਿਰ ਉਹ ਜਗ੍ਹਾ ਬਣਦੀ ਨਹੀਂ, ਉਨਾ ਚਿਰ ਉੱਧਰ ਨੂੰ ਮਨ ਲੱਗਦਾ ਨਹੀਂ। ਮਨ ਲਾਉਣ ਲਈ ਜਿੰਨਾ ਜਿੰਨਾ ਆਪਾਂ ਇਹਨਾਂ ਚੀਜ਼ਾਂ ਨੂੰ ਕੱਢਾਂਗੇ, ਉਨਾ ਉਨਾ ਕਿਰਪਾ ਹੁੰਦੀ ਜਾਂਦੀ ਹੈ, ਲੱਗਣ ਲੱਗ ਜਾਂਦਾ। ਫਿਰ ਮੈਂ ਇਹ ਕੋਸ਼ਿਸ਼ ਕਰਦਾ, ਇਹ ਅਰਜ਼ ਕਰਦਾ, ਬਖਸ਼ਿਸ਼ ਹੋਵੇ ਕਿ ਆਪਾਂ ਨਾਮ ਸਿਮਰਨ ਕਰੀਏ, ਨਾਮ ਸਿਮਰਨ ਨਾਲ ਸਾਨੂੰ ਪਿਆਰ ਹੋਵੇ। ਇੱਥੇ ਤੁਸੀਂ ਹਫ਼ਤੇ 'ਚ ਇਕੱਠੇ ਹੁੰਦੇ ਹੋਵੋਗੇ, ਘਰ ਵੀ ਹਰ ਇੱਕ ਬੱਚਾ ਨਾਮ ਸਿਮਰਨ ਪਲੀਜ਼ ਕਰਕੇ ਜਾਇਆ ਕਰੋ, ਇਹ ਆਪਣੇ ਆਪ ਕਰ ਲਿਆ ਕਰੋ। ਜੇ ਤੁਹਾਡਾ ਕੋਲ ਘੰਟਾ ਬੈਠ ਕੇ ਨਹੀਂ ਹੁੰਦਾ, ਆਪਾਂ ਛੋਟ ਦਿੰਦੇ ਹਾਂ 15-20 ਮਿੰਟ ਕਰ ਲਿਆ ਕਰੋ, ਪਰ ਬੜਾ ਹੀ ਸੀਰੀਅਸਲੀ ਬੜੇ ਪਿਆਰ ਨਾਲ ਕਰਿਆ ਕਰੋ। ਉਹਨਾਂ ਚਿਰ ਉਹ ਨਾਮ ਸਿਮਰਨ ਕਰਕੇ ਜਾਇਆ ਕਰੋ, ਬਾਕੀ ਘੰਟਾ ਪੂਰਾ ਤੁਰੇ ਜਾਂਦੇ ਕਰ ਲਿਆ, ਪਰ ਕੁਛ ਚਿਰ ਜ਼ਰੂਰ ਇਹ ਕਰੋ, 5 ਮਿੰਟ 10 ਮਿੰਟ 2 ਮਿੰਟ 4 ਮਿੰਟ ਸਾਡਾ ਮਨ ਲੱਗੇ। ਜਦੋਂ ਤੁਹਾਡਾ ਮਨ ਲੱਗਣ ਲੱਗ ਜਾਂਦਾ ਨਾ, ਜਦੋਂ ਤੁਹਾਡੇ ਮਨ ਵਿੱਚੋਂ ਹੋਰ ਵਿਚਾਰ ਨਿਕਲ ਜਾਂਦੇ ਨੇ, ਹੌਲੀ ਹੌਲੀ ਤੁਹਾਡਾ ਮਨ ਲੱਗਣ ਲੱਗ ਜਾਂਦਾ, ਤੁਹਾਡੇ ਸੱਚੀ ਮੁੱਚੀ ਮੰਨਿਓ ਤੁਹਾਡੇ ਕੰਮ ਆਪਣੇ ਆਪ ਠੀਕ ਹੋਣ ਲੱਗ ਜਾਂਦੇ ਨੇ। ਤੁਸੀਂ ਐਗਜ਼ਾਮ ਵੀ ਦੇਣਾ, ਤੁਸੀਂ ਪੜ੍ਹਨਾ ਵੀ ਹੈ, ਜੇ ਤੁਸੀਂ ਫੋਕਸ ਕਰ ਸਕਦੇ ਹੋ, ਤੁਸੀਂ ਨਾਮ ਸਿਮਰਨ 'ਚ ਫੋਕਸ ਕਰ ਸਕਦੇ ਹੋ, ਤੁਸੀਂ ਜਾ ਕੇ ਸਕੂਲ ਦਾ ਵੀ ਕੰਮ ਕਰੋਗੇ, ਕਾਲਜ ਦਾ ਵੀ ਕਰੋਗੇ, ਤੁਹਾਡੀ ਯਾਦਾਸ਼ਤ ਵੀ ਬੈਟਰ ਹੋ ਜਾਏਗੀ, ਤੁਹਾਡੇ ਕੰਮਾਂ ਕਾਰਾਂ 'ਚ ਵੀ ਤੁਹਾਨੂੰ ਇੰਟਿਊਸ਼ਨ ਹੋਣ ਲੱਗ ਜਾਏਗੀ। ਨਹੀਂ ਤਾਂ ਆਪਾਂ ਸਾਰਾ ਦਿਨ, ਮੇਰੇ ਨਾਲ ਵੀ ਇਹ ਹੁੰਦੀ ਹੈ, ਇਕੱਲੀ ਤੁਹਾਡੇ ਨਾਲ ਨਹੀਂ ਹੁੰਦੀ, ਨਹੀਂ ਤਾਂ ਸਾਰਾ ਦਿਨ ਆਪਾਂ ਵਿਚਾਰਾਂ 'ਚ, ਸੋਚਾਂ ਵਿਚਾਰਾਂ 'ਚ ਕਰ ਲੈਂਦੇ ਹਾਂ, ਮੈਂ ਆਹ ਕਰ ਲਵਾਂਗਾ। ਉਹ ਸੋਚਾਂ ਵਿਚਾਰਾਂ ਨਾ ਕਰਿਆ ਕਰੋ, ਜਿੰਨੀ ਕੁ ਲੋੜ ਹੈ ਓਨੀ ਕੁ ਸੋਚ ਵਿਚਾਰ ਕਰ ਲਿਆ ਕਰੋ। ਜਦੋਂ ਜ਼ਿਆਦਾ ਤੋਂ ਜ਼ਿਆਦਾ ਆਪਣਾ ਮਨ ਜਿਹੜਾ ਉਹ ਮੇਰੇ ਸਤਿਗੁਰੂ ਦੇ ਚਰਨਾਂ 'ਚ ਰਹੇ, ਸਾਡਾ ਵਿਸ਼ਵਾਸ ਉਹਨਾਂ ਦੇ ਚਰਨਾਂ 'ਚ ਰਹੇ ਕਿ ਜਿਹਨੇ ਮੈਨੂੰ ਇੱਥੇ ਪੈਦਾ ਕੀਤਾ ਉਹਨੇ ਮੈਨੂੰ ਦੇਣਾ ਵੀ ਹੈ, ਮੈਂ ਹੈ ਹੀ ਉਹਦੇ 'ਤੇ ਹਾਂ, ਆਪਾਂ ਆਪਣੀ ਆਸਾਂ ਹੀ ਉੱਥੇ ਛੱਡ ਦਿਆ ਕਰੀਏ। ਸੋ ਮੈਂ ਅਰਜ਼ ਬੇਨਤੀ ਕਰਦਾ, ਨਾਮ ਸਿਮਰਨ ਜ਼ਰੂਰ ਕਰਿਆ ਕਰੋ। ਬੱਚਿਆਂ ਨੇ ਗੁਰਬਾਣੀ ਪੜ੍ਹੀ ਹੈ, ਬਹੁਤ ਵਧੀਆ ਉਦਮ ਹੈ, ਇਹਨੂੰ ਗੁਰਬਾਣੀ ਨੂੰ ਜ਼ਰੂਰ ਪੜ੍ਹੋ। ਸਾਡੇ ਸਤਿਗੁਰੂ ਸੱਚੇ ਪਾਤਸ਼ਾਹ ਦੇ ਉਪਦੇਸ਼ ਵੀ ਸਾਰੇ ਗੁਰਬਾਣੀ ਦੇ ਆਧਾਰਿਤ ਨੇ, ਔਰ ਗੁਰਬਾਣੀ ਇਹ ਹੈ ਕਿ 500 ਸਾਲ, 550 ਸਾਲ ਗੁਰੂ ਨਾਨਕ ਦੇਵ ਪਾਤਸ਼ਾਹ ਨੂੰ ਹੋ ਗਏ ਨੇ, ਉਸ ਤੋਂ ਪਹਿਲਾਂ ਦੇ ਭਗਤਾਂ ਦੀਆਂ ਵੀ ਬਾਣੀਆਂ ਨੇ, ਜਿਨ੍ਹਾਂ 'ਚ 200 ਸਾਲ, 200-300 ਸਾਲ ਬਾਬਾ ਫਰੀਦ ਜੀ ਉਸ ਤੋਂ ਵੀ ਪਹਿਲਾਂ, ਸੋ 700-800-900 ਸਾਲ ਦੀ ਬਾਣੀ ਹੈ ਜਿਹੜੀ ਉਦੋਂ ਵੀ ਸੱਚ ਸੀ, ਅੱਜ ਵੀ ਸੱਚ ਸੀ। ਜਿਹੜੇ ਆਪਣੇ ਦੁਨੀਆ ਦੇ ਵਿਹਾਰਕਾਰ ਨੇ ਇਹ ਬਦਲ ਜਾਂਦੇ ਨੇ, ਟਾਈਮ ਬਦਲ ਜਾਂਦਾ। ਤੁਹਾਡੇ ਸਾਹਮਣੇ ਤੁਸੀਂ ਦੇਖੋ, ਜੇ ਅਸੀਂ ਅੱਜ ਕੱਲ੍ਹ ਦੇ ਬੱਚਿਆਂ ਨੂੰ ਆਖੀਏ ਕਿ ਅਸੀਂ ਉਸ ਦੁਨੀਆ ਵਿੱਚ ਰਹੇ ਹਾਂ ਜਦੋਂ ਕਿਤੇ ਫੋਨ ਹੀ ਨਹੀਂ ਸੀ ਹੁੰਦਾ। ਮੈਂ ਯਾਦ ਕਰਦਿਆਂ ਹੋਇਆ ਸੱਚੇ ਪਾਤਸ਼ਾਹ ਨੂੰ, ਉਹ ਉੱਥੇ ਬਿੜਦੀ ਫਾਰਮ 'ਤੇ ਰਹਿਣਾ, ਬੈਂਗਲੋਰ ਫਾਰਮ 'ਤੇ ਰਹਿਣਾ, ਸੱਚੇ ਪਾਤਸ਼ਾਹ ਹੁਕਮ ਕਰਨਾ, ਕਾਕਾ ਇਸ ਤਰੀਕ ਨੂੰ ਇੰਨੇ ਦਿਨ ਆ, ਇੰਨੇ ਵਜੇ ਆ ਕੇ ਮੈਨੂੰ ਫੋਨ ਕਰਨ ਲਈ, ਫੋਨ ਕਰਨ ਨੂੰ 40-50 ਕਿਲੋਮੀਟਰ ਜਾ ਕੇ ਕਿਤੇ PCO 'ਤੇ ਬੈਠ ਕੇ ਫੋਨ ਕਰਨਾ। ਟਰੰਕ ਵਾਲਾਂ ਬੁੱਕ ਹੁੰਦੀਆਂ ਸੀ, ਪਰ ਜੇ ਅੱਜ ਕੱਲ੍ਹ ਦੇ ਜੰਮੇ ਬੱਚੇ ਕਦੀ ਇਹ ਸੋਚ ਵੀ ਨਹੀਂ ਸਕਦੇ, ਫੋਨ ਨਹੀਂ ਸੀ ਹੁੰਦੇ। ਇਹ ਦੁਨੀਆ ਬਦਲਦੀ ਹੈ, ਇਹ ਉਹਦੀ ਰਜ਼ਾ ਮੁਤਾਬਕ ਬਦਲ ਜਾਂਦੀ ਹੈ, ਪਤਾ ਨਹੀਂ ਕਿੰਨੀ ਕੁ ਵਾਰੀ ਬਣੀ, ਕਿੰਨੀ ਵਾਰੀ ਖਤਮ ਹੋ ਜਾਣੀ ਹੈ, ਪਰ ਜੋ ਗੁਰਬਾਣੀ 'ਚ ਲਿਖਿਆ ਉਦੋਂ ਵੀ ਸੱਚ ਸੀ, ਉਹ ਅੱਜ ਵੀ ਸੱਚ ਹੈ। ਉਸ ਸੱਚ ਨੂੰ ਪਹਿਲਾਂ ਪੜ੍ਹੀਏ, ਫਿਰ ਸਮਝਣ ਦੀ ਕੋਸ਼ਿਸ਼ ਕਰੀਏ, ਫਿਰ ਉਸ 'ਤੇ ਚੱਲਣ ਦੀ ਕੋਸ਼ਿਸ਼ ਕਰੀਏ,
ਇਹ ਸਿੱਖੀ ਹੈ। ਸਿੱਖੀ ਦਾ ਆਧਾਰ ਕੀ ਹੈ? ਸਿੱਖੀ ਦਾ ਆਧਾਰ ਸਾਡੀ ਗੁਰਬਾਣੀ ਹੈ। ਉਹ ਸਾਨੂੰ ਬੜੀ ਵੱਡੀ ਦੇਣ ਹੈ ਅਤੇ ਬੱਚਿਆਂ ਨੂੰ ਇਹ ਕਿ ਜ਼ਰੂਰ ਪੜ੍ਹਿਆ ਕਰੋ, ਹੌਲੀ ਹੌਲੀ ਉਹਨੂੰ ਗੁਰਬਾਣੀ ਨੂੰ ਸ਼ੁੱਧ ਕਰੋ, ਫਿਰ ਆਪਾਂ ਅਗਲੀ ਗੱਲ ਆਏਗੀ, ਫਿਰ ਉਹਨੂੰ ਸਮਝਣ ਦੀ ਕੋਸ਼ਿਸ਼ ਕਰੀਏ। ਬਹੁਤ ਕਈ ਵਚਨ ਕਰ ਲਏ ਨੇ, ਇਹ ਵੀ ਇੱਕ ਅਰਦਾਸ ਵਿੱਚ ਇਹ ਵੀ ਕਿਰਪਾ ਕਰਿਆ ਕਰੋ, ਬਖਸ਼ਿਸ਼ ਮੰਗਿਆ ਕਰੋ, ਸੱਚੇ ਪਾਤਸ਼ਾਹ ਕਿਰਪਾ ਕਰ, ਤੇਰੀ ਸਿੱਖੀ 'ਤੇ ਚੱਲ ਸਕੀਏ, ਤੇਰਾ ਪੰਥ ਵਧੇ। ਇਹ ਨਹੀਂ ਅਰਜ਼ ਕਰਕੇ ਆਗਿਆ ਲੈਣਾ ਜੀ, ਸਤਿ ਸ਼੍ਰੀ ਅਕਾਲ।